ਆਈ ਪੰਜਾਬ ਲਾਈਵ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਬੀਤੀ ਰਾਤ ASI ਕਾਬਲ ਸਿੰਘ ਦੀ ਆਪਣੀ ਸਰਵਿਸ ਰਿਵਾਲਵਰ ਤੋਂ ਗੋਲੀ ਚੱਲਣ ਨਾਲ ਮੌਤ ਹੋ ਗਈ। ADCP ਜੁਗਰਾਜ ਸਿੰਘ ਨੇ ਦੱਸਿਆ ਕਿ ਕਾਬਲ ਸਿੰਘ PCR ਮੋਟਰਸਾਈਕਲ ਵਿੱਚ ਤੈਨਾਤ ਸੀ। ਕੱਲ੍ਹ ਰਾਤ ਆਪਣੀ ਡਿਊਟੀ ਤੋਂ ਫਰੀ ਹੋ ਕੇ ਮਾਲ ਮੰਡੀ ਆਪਣੇ ਕਮਰੇ ਵਿੱਚ ਚਲਾ ਗਿਆ। ਅਚਾਨਕ ਸਰਵਿਸ ਰਿਵਾਲਵਰ ਤੋਂ ਗੋਲੀ ਚੱਲਣ ਨਾਲ ਮੌਤ ਹੋ ਗਈ, ਉਸਦੀ ਮੌਤ ਹੋ ਗਈ। ਪੁਲਿਸ ਨੇ ਜੇਰੇ ਦਫਾ 174 ਤਹਿਤ ਕੇਸ ਦਰਜ ਕਰਕੇ ਬਾਡੀ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਹੈਗਾ ਆ ਇਹਦੀ ਇਨਵੈਸਟੀਗੇਸ਼ਨ ਕਰਨੀ ਪਏਗੀ। ਫਿਲਹਾਲ ਜਿਹੜਾ ਆ ਸਾਡੇ ਕਾਬਲ ਸਿੰਘ ਸੀਗੇ ਜਿਹੜੇ ਕਿ ਐਕਸਰੇ ਨੰਬਰ 14 ਦੇ ਉੱਤੇ ਡਿਊਟੀ ਕਰ ਰਹੇ ਸੀਗੇ, ਸੋ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਮੁਲਾਜ਼ਮ 'ਤੇ ਗੋਲੀ ਵੱਜ ਗਈ ਹੈ। ਸੋ ਇਹ ਚੀਜ਼ ਜਿਹੜੀ ਹੈਗੀ ਆ, ਇਹ ਮੈਟਰ ਜਿਹੜਾ ਅੰਡਰ ਇਨਵੈਸਟੀਗੇਸ਼ਨ ਹੈਗਾ ਆ, ਦੇਖਣਾ ਪਏਗਾ ਕਿ ਗੋਲੀ ਕਿੱਦਾਂ ਚੱਲੀ। ਮੋਸਟ ਪ੍ਰੋਬਲੀ ਜੋ ਸਾਨੂੰ ਪਤਾ ਲੱਗ ਰਿਹਾ ਅਜੇ ਤੱਕ ਤਾਂ ਫਿਲਹਾਲ ਜੋ ਦੱਸਣ ਮੁਤਾਬਕ ਹੈ ਕਿ ਉਹ ਇਹ ਆ ਕਿ ਗੋਲੀ ਜਿਹੜੀ ਆ ਉਹ ਮੁਲਾਜ਼ਮ ਆਪਦੀ ਡਿਊਟੀ ਤੋਂ ਆਣ ਕੇ ਰੈਸਟ ਕਰਨ ਵਾਸਤੇ ਉੱਪਰ ਆਪਣੇ ਰੂਮ 'ਚ ਗਿਆ ਸੀ 5 ਮਿੰਟ, ਕਿਉਂਕਿ ਉਹਨੇ ਖਾਣਾ ਸੀਗਾ ਜੀ। ਸੋ ਉਸ ਵੇਲੇ ਕਿਤੇ ਉਹਨਾਂ ਦਾ ਜਿਹੜਾ ਰਿਵੋਲਵਰ ਹੈਗਾ ਆ ਸਰਵਿਸ ਰਿਵੋਲਵਰ ਥੱਲੇ ਡਿੱਗ ਕੇ ਚੱਲਿਆ ਜਾਂ ਕਿੱਦਾਂ ਚੱਲਿਆ, ਉਹ ਅਜੇ ਤਫਤੀਸ਼ ਦਾ ਪਾਠ ਹੈਗਾ, ਉਹ ਤਫਤੀਸ਼ ਕਰਕੇ ਇਹਦੇ 'ਚ ਮੁਕੰਮਲ ਜਿਹੜੀ ਉਹ ਕਾਰਵਾਈ ਕੀਤੀ ਹੈ। ਸਰ ਮੌਕੇ ਤੋਂ ਮੋਬਾਈਲ ਵੀ ਗਿਆ ਹੈਗਾ ਸਰ? ਇਹ ਸਾਰਾ ਪਾਠ ਜਿਹੜੇ ਹੈਗੇ ਆ ਇਹ ਤਫਤੀਸ਼ ਦੇ ਪਾਠ ਆ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਡੂੰਘਾਈ ਨਾਲ ਇਹਦੀ ਪੂਰੀ ਚੰਗੀ ਤਰ੍ਹਾਂ ਜਾਂਚ ਕਰਕੇ ਫਿਰ ਇਹਦੇ 'ਤੇ ਕੋਈ ਕਾਰਵਾਈ। ਸੂਤਰਾਂ ਤੋਂ ਪਤਾ ਲੱਗ ਰਿਹਾ ਸਰ ਕੋਈ ਟੈਨਸ਼ਨ ਹੈ ਕਿਸੇ ਦਿਮਾਗ ਦੇ? ਨਹੀਂ, ਇੱਦਾਂ ਦੀ ਗੱਲ ਹੈ ਜੀ, ਸਾਡੇ ਧਿਆਨ ਵਿੱਚ ਕੋਈ ਨਹੀਂ ਆਈ। ਬਹੁਤ ਵਧੀਆ ਇਨਸਾਨ ਸੀਗੇ, ਬੜੀ ਵਧੀਆ ਡਿਊਟੀ ਕਰਦੇ ਸੀ ਹਮੇਸ਼ਾ ਇਹ ਆਪਣੀ। ਜਦੋਂ ਇਹਨਾਂ ਨੂੰ ਦੇਖੋ ਹੱਸ ਕੇ ਮਿਲਦੇ ਸੀ ਸਾਰਿਆਂ ਨੂੰ, ਔਰ ਆਪਣੀ ਡਿਊਟੀ ਦੇ ਵਿੱਚ ਹਮੇਸ਼ਾ ਇਹ ਬਿਲਕੁਲ ਪਾਬੰਦ ਸੀਗੇ ਟਾਈਮ ਦੇ। ਸੋ ਇੱਦਾਂ ਦੀ ਗੱਲ ਹੈ ਜੀ, ਸਾਡੇ ਧਿਆਨ ਵਿੱਚ ਕੋਈ ਨਹੀਂ ਹੈ। ਥੈਂਕ ਯੂ। ਮੌਕੇ ਦੀ ਕਿਹੜੀ ਕਾਰਵਾਈ ਕੀਤੀ ਜਾ ਰਹੀ? ਮੌਕੇ 'ਤੇ ਫਿਲਹਾਲ ਅਸੀਂ ਇਹ ਡੈੱਡ ਬੋਡੀ ਜਿਹੜੀ ਆ ਉਹ ਸਿਵਲ ਹੋਸਪਿਟਲ ਭੇਜ ਦਿੱਤੀ ਹੈ ਮੋਰਚਰੀ ਦੇ ਵਿੱਚ। ਸਵੇਰੇ ਇਹਨਾਂ ਦਾ ਪੋਸਟਮਾਰਟਮ ਹੋਏਗਾ, ਸੋ ਉਹਦੇ ਵਿੱਚ ਸਾਰੀ ਚੀਜ਼ ਜਿਹੜੀ ਸਾਹਮਣੇ ਆਏਗੀ। ਥੈਂਕ ਯੂ।